ਇਹ ਸਰੂਪ ਸਿੰਘ ਅਤੇ ਜਿਹੜੀ ਉਹਦੀ ਭੈਣ ਦੀ ਡੈਥ ਹੋ ਗਈ ਹੈ ਅਤੇ ਮਤਲਬ ਇਹੀ ਮਾਂ ਵਾ ਮਨਜੀਤ ਕੌਰ ਇੱਕ ਜਿਹੜੀ ਉਹਦੀ ਸਾਲੇ ਹਾਰ ਹੈ ਇਹਨਾਂ ਤਿੰਨਾਂ ਨੇ ਜਿਹੜਾ ਉਹਦਾ ਕਤਲ ਕੀਤਾ ਪਹਿਲਾਂ ਉਹਨੂੰ ਜ਼ਹਿਰ ਦਿੱਤੀ ਗਈ ਆ ਉਦੋਂ ਬਾਅਦ ਉਹਦਾ ਜਿਹੜਾ ਸਾਹ ਘੁੱਟ ਦਿੱਤਾ ਗਿਆ ਰਾਤ ਜੇ ਘਟਨਾ ਹੋਈ ਸੀ ਤੇ ਮੱਲੇ ਨੂੰ ਲਾਗੇ ਦੱਸ ਸਕਦੇ ਸੀਗੇ ਕੋਈ ਆਵਾਜ਼ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਇਸ ਘਰੇ ਮੌਤ ਹੋਈ ਆ ਮੇਰੀ ਇਹ ਭਤੀਜੀ ਸੀ ਜਿਹਦੀ ਡੈਥ ਹੋਈ ਹੈ ਇਹ ਮਾਰੀ ਗਈ ਕਤਲ ਹੋਇਆ ਵਾ ਮੇਰੀ ਸਕੀ ਭਰਜਾਈ ਜਿਹੜੀ ਉਹਦੀ 2 ਸਾਲ ਪਹਿਲਾਂ ਡੈਥ ਹੋ ਗਈ ਸੀਗੀ ਉਹ ਬਾਅਦ ਵਿੱਚ ਇਹ ਫਿਰ 6 ਕੁ ਮਹੀਨੇ ਬਾਅਦ ਇਹਦੇ ਨਾਲ ਮੇਰੇ ਬ੍ਰਦਰ ਨੇ ਇਹਦੇ ਨਾਲ ਸ਼ਾਦੀ ਕਰ ਲਈ ਸਾਨੂੰ ਤਾਂ ਇਹਨਾਂ ਨੇ ਹੁਣ ਤੁਹਾਨੂੰ ਕੀ ਦੱਸ ਰਹੇ ਆ ਉਹਨਾਂ ਤਾਂ ਸਾਨੂੰ ਤਾਂ ਹੁਣ ਇਹ ਕਹਿੰਦੇ ਆ ਵੀ ਕਰੰਟ ਲੱਗਿਆ ਜਦੋਂ ਕਿ ਉਹਨੂੰ ਕਰੰਟ ਨਹੀਂ ਲੱਗਿਆ ਕਤਲ ਹੋਇਆ ਜਿਹਤੇ 302 328 203 34 ਆਈ ਪੀ ਸੀ ਦਾ ਮੁਕਦਮਾ ਦਰਜ ਕਰਕੇ ਅਤੇ ਇਹਨਾਂ ਨੂੰ ਜਿਹੜਾ ਸਰੂਪ ਸਿੰਘ ਦੇ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਈ ਅਤੇ ਪੱਖਾ ਲਾਉਣ ਲੱਗੀ ਆ ਅਤੇ ਉਹ ਕਿਤੇ ਤਾਰ ਲੰਘੀ ਸੀ ਪੱਖੇ ਦੀ ਅਤੇ ਉਹ ਪੈਰ ਨੂੰ ਕਿਤੇ ਲੱਗ ਗਈ ਅਤੇ ਜਦੋਂ ਚੀਕ ਸੁਣੀ ਅਸੀਂ ਭੱਜ ਕੇ ਆਏ ਹਾਂ ਦਵਾ ਦਵਾ ਅਤੇ ਤਲੀਆਂ ਤੁਲੀਆਂ ਝੱਸੀਆਂ ਵਾ ਉਹ ਤਾਰ ਲਾਉਂਦਿਆਂ ਹੋਇਆ ਪਤਾ ਨਹੀਂ ਤਾਂ ਉਹਦੇ ਕਿਹੜੇ ਤੰਗ ਦੇ ਨਾਲ ਵਿੱਚੋਂ ਲਾਉਂਦਿਆਂ ਹੋਇਆ ਜਾਂ ਪੈਰ ਦੇ ਉੱਤੇ ਹੀ ਪੈਰ 'ਤੇ ਜ਼ਖਮ ਬਣਿਆ ਹੋਇਆ ਅਤੇ ਪੈਰ ਦੇ ਉੱਤੇ ਉਹ ਜ਼ੋਰ ਨਹੀਂ ਸੀਗਾ ਉਹ ਜਿਹੜਾ ਜਿਹਦੇ ਕਰਕੇ ਜਦੋਂ ਅਸੀਂ ਉਹਦੀ ਚੀਕ ਪਈ ਆ ਖੜਕਾ ਹੋਇਆ ਅਤੇ ਭੱਜੇ ਅਸੀਂ ਏਸੀ ਵਿੱਚ ਬੈਠੇ ਸੀ ਅੰਦਰ ਸੁਲਤਾਨਪੁਰ ਲੋਧੀ 'ਚ ਬੀਤੇ ਕੁਝ ਦਿਨ ਪਹਿਲਾਂ 15 ਸਾਲ ਦੀ ਅਮਨਜੋਤ ਕੌਰ ਦੇ ਕਤਲ ਮਾਮਲੇ ਨੂੰ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕਰਦੇ ਹੋਏ ਮ੍ਰਿਤਕ ਬੱਚੀ ਦੇ ਪਿਤਾ ਅਤੇ ਮਤਰੇਈ ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜ਼ਿਕਰਯੋਗ ਹੈ ਕਿ ਬੱਚੀ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਦੀ ਬੱਚੀ ਦੀ ਮੌਤ ਕਰੰਟ ਲੱਗਣ ਨਾਲ ਹੋਈ ਹੈ ਬੱਚੀ ਨੂੰ ਉਸ ਦੇ ਪਿਤਾ ਅਤੇ ਮਤਰੇਈ ਮਾਂ ਨੇ ਪਹਿਲਾਂ ਕੋਈ ਜ਼ਹਿਰੀਲੀ ਦਵਾਈ ਦਿੱਤੀ ਅਤੇ ਬਾਅਦ ਵਿੱਚ ਉਸ ਦਾ ਸਾਹ ਬੰਦ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਬੱਚੀ ਦੇ ਮਾਮੇ ਦੇ ਬਿਆਨ ਦੇ ਆਧਾਰ ਤੇ ਬੱਚੀ ਦੇ ਪਿਤਾ ਮਤਰੇਈ ਮਾਂ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮਿਤੀ 26 ਦੀ ਰਾਤ ਨੂੰ ਪਿੰਡ ਡੱਲੇ ਸਰੂਪ ਸਿੰਘ ਦੀ ਲੜਕੀ ਹੈਗੀ ਅਮਨਜੋਤ ਕੌਰ ਜਿਹਦੀ ਡੈਥ ਹੋਈ ਸੀ ਜਿਹੜਾ ਉਸ ਨੂੰ ਤਲਾਬ ਮਿਲਣ 'ਤੇ ਪੁੱਜ ਪੁੱਜੀ ਜਿਹੜੇ ਸਰੂਪ ਸਿੰਘ ਨੇ ਆਪਣਾ ਬਿਆਨ ਦਰਜ ਕਰਾਇਆ ਵੀ ਉਹਦੀ ਲੜਕੀ ਜਿਹੜੀ ਆ ਕਰੰਟ ਲਾ ਕੇ ਨਾਲ ਮਰ ਗਈ ਜਿਹਦੀ 174 ਜਿਹੜੀ ਕਾਰਵਾਈ ਅਮਲ ਵਿੱਚ ਲੈਂਦੀ ਗਈ ਜਾਣ ਤੋਂ ਬਾਅਦ ਜਾਂ ਲੋਕਾਂ ਨੇ ਵਿਰੋਧ ਕੀਤਾ ਵੀ ਇਹ ਜਿਹੜੀ ਲੜਕੀ ਆ ਇਹਦੀ ਡੈਥ ਕਰੰਟ ਨਾਲ ਨਹੀਂ ਹੋਈ ਦੌਰਾਨੇ ਤਫਤੀਸ਼ ਲੜਕੀ ਦਾ ਸਕਾ ਮਾਮਾ ਜਿਹਾ ਉਹ ਵੀ ਡੱਲੇ ਵਿੱਚ ਉਹਨੇ ਆਪਣਾ ਬਿਆਨ ਕੱਲ੍ਹ ਜਿਹੜਾ ਦਰਜ ਕਰਾਇਆ ਉਹਦੀ ਜਿਹੜੀ ਹੈਗੀ ਆ ਭਾਣ ਜੀ ਉਹਦੀ ਡੈਥ ਇਹਦੇ ਸਰੂਪ ਸਿੰਘ ਅਤੇ ਜਿਹੜੀ ਉਹਦੀ ਭੈਣ ਦੀ ਡੈਥ ਹੋ ਗਈ ਹੈ ਅਤੇ ਮਤਲਬ ਤੇਰੀ ਮਾਂ ਵਾ ਮਨਜੀਤ ਕੌਰ ਇੱਕ ਜਿਹੜੀ ਉਹਦੀ ਸਾਲੇ ਹਾਰ ਹੈ ਇਹਨਾਂ ਤਿੰਨਾਂ ਨੇ ਜਿਹੜਾ ਉਹਦਾ ਕਤਲ ਕੀਤਾ ਪਹਿਲਾਂ ਉਹਨੂੰ ਜ਼ਹਿਰ ਦਿੱਤੀ ਗਈ ਆ ਉਦੋਂ ਬਾਅਦ ਉਹਦਾ ਜਿਹੜਾ ਸਾਹ ਘੁੱਟ ਦਿੱਤਾ ਗਿਆ ਇਹਦੇ ਨਾਲ ਉਹਦੀ ਮੌਤ ਹੋਈ ਹੈ ਜਿਸਤੇ 302 328 203 34 ਆਈ ਪੀ ਸੀ ਦਾ ਮੁਕਦਮਾ ਦਰਜ ਕਰਕੇ ਅਤੇ ਇਹਨਾਂ ਨੂੰ ਜਿਹੜਾ ਸਰੂਪ ਸਿੰਘ ਦੇ ਦੀ ਪਤਨੀ ਨੂੰ ਗ੍ਰਿਫਤਾਰ ਕਰ ਲਈ ਜਿਹਨੂੰ ਅੱਜ ਪੇਸ਼ ਅਦਾਲਤ ਕੀਤਾ ਜਾ ਰਿਹਾ ਪੇਸ਼ ਅਦਾਲਤ ਕਰਕੇ ਜੱਜ ਨੂੰ ਰਿਮਾਂਡ ਲੈ ਕੇ ਅਤੇ ਤਫਤੀਸ਼ ਕੀਤੀ ਜਾਊਗੀ ਜੇ ਇਹਨਾਂ ਨਾਲ ਕੋਈ ਹੋਰ ਵੀ ਲਿੰਕਡ ਹੋਇਆ ਪੂਰੀ ਉਹਨੂੰ ਵੀ ਅਰੈਸਟ ਕੀਤਾ ਜਾਊ ਗ੍ਰਿਫਤਾਰੀ ਪੈਂਡਿੰਗ ਹੈ ਜੀ ਨਹੀਂ ਅਜੇ ਤੱਕ ਕੋਈ ਨਾਮਜ਼ਦ ਨਹੀਂ ਇਹਨਾਂ ਤੋਂ ਪੁੱਛਗਿੱਛ ਤੋਂ ਪਤਾ ਲੱਗੂਗਾ ਕਿਉਂਕਿ ਰਾਤ ਦਾ ਸਮਾਂ ਸੀ ਇਹਨਾਂ ਹੀ ਦੌਰਾਨੇ ਪੁੱਛਗਿੱਛ ਪਤਾ ਲੱਗੂ ਵੀ ਇਹਦੇ ਨਾਲ ਕੋਈ ਹੋਰ ਵੀ ਸੰਬੰਧਿਤ ਹੈਗਾ ਜੇ ਹੋਊਗਾ ਤਾਂ ਉਹਦੀ ਅਰੈਸਟ ਪਾ ਦਾਂਗੇ ਨਹੀਂ ਹੁਣ ਟੋਟਲ ਗ੍ਰਿਫਤਾਰ ਕਿੰਨੇ ਆ ਦੋ ਹੋ ਗਏ ਦੋ ਕੇ ਤੇ ਇੱਕ ਉਹ ਔਰਤ ਬਾਕੀ ਆ ਇੱਕ ਔਰਤ ਜਿਹੜੀ ਆ ਉਹਦੀ ਗ੍ਰਿਫਤਾਰੀ ਬਾਕੀ ਉਹਦੀ ਗ੍ਰਿਫਤਾਰੀ ਬਾਕੀ ਐਸੇ ਪੋਸਟਮਾਰਟਮ ਦੀ ਰਿਪੋਰਟਸ ਆ ਰਹੀਆਂ ਉਹਨਾਂ ਨੇ ਆਪਣਾ ਕੈਮੀਕਲ ਆਪਣੇ ਜਾਨੀ ਜਿਹੜਾ ਇਸ ਤਰ੍ਹਾਂ ਕਰ ਲਿਆ ਉਸ ਤੋਂ ਬਾਅਦ ਜਿਹੜਾ ਪਾਈਨਲ ਜੀ ਉਸ ਤੋਂ ਹੀ ਹੋਈ ਉਸ ਵਾਲੇ ਰਿਪੋਰਟ ਦੇ ਸਾਹ ਘੁੱਟਣ ਦੇ ਨਾਲ ਸਾਹ ਘੁੱਟਣ ਦਾ ਵੀ ਉਹਨਾਂ ਦਾ ਵਿੱਚ ਲਿਖਿਆ ਪਰ ਜਿਹੜਾ ਮੁੱਦਾ ਵਾ ਉਹ ਅਸਲ ਜਿਹੜਾ ਉਦੋਂ ਹੀ ਕਲੀਅਰ ਹੋਣਾ ਮੇਰਾ ਰਿਪੋਰਟ ਆਈ ਸੁਲਤਾਨਪੁਰ ਲੋਧੀ ਤੋਂ ਸਿਮਰਨਜੀਤ ਸਿੰਘ ਦੀ ਰਿਪੋਰਟ ਬਿਲਕੁਲ ਸੱਚ ਜੋਤਿਸ਼ ਇੱਕ ਵਿਦਿਆ ਇੱਕ ਸਾਇੰਸ ਐਸਟ੍ਰੋਲੋਜਰ ਬਾਬਾ ਧਰਮਿੰਦਰ ਜੀ ਦਾ ਸਾਰੀ ਦੁਨੀਆ ਨੂੰ ਖੁੱਲ੍ਹਾ ਚੈਲੇਂਜ
कि तुसी जिंदगी दे किसे भी समस्या तो परेशान हो, कि तुहाडे व्याह विच हो रही है देरी, कि तुसी संतान सुख तो वांझे हो, कि तुहानू तुहाडा मन चाहिया प्यार नहीं मिल रहा, कि तुसी लाउणा चाहुंदे हो लॉटरी दा सही नंबर, कि तुहानू नौकरी नहीं मिल रही, कि तुहाडा वीजा नहीं लग रहा, कि तुसी विदेश च पक्का होना चाहुंदे हो, धन दी कमी, बीमारी तो परेशानी, घर बैठे बिठाए ही किया जाएगा तुहाडी समस्या दा समाधान, फीस कम होने तो बाद। इन्हां सारियां समस्यावां दे पक्के हल एक बार जरूर मिलो एस्ट्रोलॉजर बाबा धर्मिंदर जी जी नूं, जो करदे ने मुफ्त सेवा मुफ्त समाधान।